ਪਹਿਲੀ ਵਾਰ ਜਦੋਂ ਬਾਬਾ ਨੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਤਾਂ ਉਸ ਸਮੇਂ ਇਹ ਸੰਤ ਜੈਵੰਤ ਸਿੰਘ ਜੀ ਵੀ ਬਾਬਾ ਜੀ ਦੇ ਨਾਲ ਸਨ। ਇਕੱਠਿਆਂ ਨੇ ਹੀ ਪ੍ਰਣ ਕੀਤਾ ਸੀ ਕਿ ਅਸੀਂ ਉਤਨਾ ਸਮਾਂ ਪ੍ਰਸ਼ਾਦਾ ਨਹੀਂ ਛਕਣਾ ਜਿੰਨਾ ਸਮਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਕੇ ਪ੍ਰਸ਼ਾਦਾ ਨਹੀਂ ਛਕ ਲੈਂਦੇ। ਸੋ ਇਸ ਤਰ੍ਹਾਂ 6 ਦਿਨ ਭੁੱਖੇ ਭਾਣੇ ਪ੍ਰਸ਼ਾਦਾ ਤਿਆਰ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਰਹੇ। ਜਦੋਂ ਅਤ ਬੇਬਲ ਹੋ ਗਏ ਤਾਂ ਇਹ ਨਿਸ਼ਚਾ ਹੋ ਗਿਆ ਕਿ ਇਹ ਜਨਮ ਤੁਮਾਰੇ ਲੇਖੇ ਹੁਣ ਲੇਖੇ ਲੱਗ ਜਾਵਾਂਗੇ। ਤਾਂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ, ਪ੍ਰਸ਼ਾਦਾ ਛਕਿਆ, ਮਿਹਰਾਂ ਕੀਤੀਆਂ ਅਤੇ ਵਰਦਾਨ ਦਿੱਤੇ। ਬਾਬਾ ਜੈਵੰਤ ਸਿੰਘ ਜੀ ਨੇ ਬੇਨਤੀ ਕੀਤੀ, ਜੀ ਜਦੋਂ ਵੀ ਕੀਰਤਨ ਕਰਾਂ ਤਾਂ ਮੈਨੂੰ ਆਪ ਜੀ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਣ। ਆਖਿਆ, ਠੀਕ ਹੈ, ਤੁਹਾਨੂੰ ਵੀ ਦਰਸ਼ਨ ਹੋਣਗੇ ਅਤੇ ਜੇ ਕੋਈ ਭਾਵਨਾ ਪਿਆਰ ਨਾਲ ਕੀਰਤਨ ਸੁਣੇਗਾ ਉਸ ਨੂੰ ਵੀ ਭਾਵਨਾ ਅਨੁਸਾਰ ਝਲਕਾਰੇ ਪਿਆ ਕਰਨਗੇ। ਫਿਰ ਬਾਬਾ ਨੰਦ ਸਿੰਘ ਜੀ ਨੇ ਪੁੱਛਿਆ ਤਾਂ ਬੇਨਤੀ ਕੀਤੀ, ਜੀ ਮੰਗਣਾ ਨਹੀਂ ਆਉਂਦਾ, ਬਸ ਇੱਕ ਕਿਰਪਾ ਕਰੋ, ਮੈਨੂੰ ਆਪਣਾ ਬਣਾ ਲਓ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਨੰਦ ਸਿੰਘ ਜੀ ਨੂੰ ਜੱਫੀ ਵਿੱਚ ਲੈ ਲਿਆ ਅਤੇ ਬਚਨ ਕੀਤਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ।